ਸਾਈਕਲ ਤੋਂ ਡਿੱਗਣ ਕਾਰਨ ਇੱਕ ਮਾਸੂਮ ਬੱਚੇ ਦੀ ਜਾਨ ਚਲੀ ਗਈ ਹੈ। 14 ਸਾਲ ਦੇ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋਈ ਹੈ। ਤਾਂ ਦੱਸ ਦਈਏ ਕਿ ਬਾਕੀ ਬੱਚਿਆਂ ਦੇ ਨਾਲ ਇਹ ਵੀ ਬੱਚਾ ਆਪਣੇ ਘਰ ਦੇ ਬਾਹਰ ਸਾਈਕਲ ਚਲਾ ਰਿਹਾ ਸੀ, ਪਰ ਅਚਾਨਕ ਹੀ ਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਇਹ ਜ਼ਮੀਨ ਤੇ ਡਿੱਗ ਜਾਂਦਾ ਹੈ। ਹਾਲਾਂਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਹ ਬੱਚਾ ਜਦੋਂ ਜ਼ਮੀਨ ਦੇ ਉੱਤੇ ਡਿੱਗਦਾ ਹੈ ਤਾਂ ਸਾਈਕਲ ਦਾ ਹੈਂਡਲ ਇਸਦੇ ਆ ਕੇ ਸਿੱਧਾ ਢਿੱਡ ਦੇ ਵਿੱਚ ਵੱਜਦਾ ਹੈ ਅਤੇ ਕਾਫੀ ਜ਼ਿਆਦਾ ਖੂਨ ਨਿਕਲਣ ਦੇ ਕਾਰਨ ਇਸ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ 14 ਸਾਲ ਦੇ ਮਾਸੂਮ ਬੱਚੇ ਦੀ ਸਾਈਕਲ ਚਲਾਉਂਦੇ ਵਕਤ ਜਾਨ ਚਲੀ ਗਈ ਹੈ। ਸਾਈਕਲ ਤੋਂ ਡਿੱਗਣ ਦੇ ਬਾਅਦ ਕਿਹਾ ਜਾ ਰਿਹਾ ਕਿ ਇਹਦੇ ਪੇਟ ਦੇ ਵਿੱਚ ਸਾਈਕਲ ਦਾ ਹੈਂਡਲ ਵੱਜਦਾ ਅਤੇ ਹੈਂਡਲ ਵੱਜਦੇ ਸਮੇਂ ਹੀ ਕਿਹਾ ਜਾ ਰਿਹਾ ਕਿ ਖੂਨ ਨਿਕਲਣ ਲੱਗਦਾ ਅਤੇ ਜਦੋਂ ਉਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੁੰਦਾ ਤਾਂ ਰਾਹ ਦੇ ਵਿੱਚ ਹੀ ਉਹ ਦਮ ਤੋੜ ਦਿੰਦਾ। ਤਾਂ ਦੱਸ ਦਈਏ ਕਿ ਬੱਚਾ ਕਈ ਸਾਲ ਤੋਂ ਆਪਣੇ ਮਾਮੇ ਦੇ ਘਰ ਰਹਿੰਦਾ ਸੀ ਅਤੇ ਹਾਦਸੇ ਵੇਲੇ ਉਹ ਆਪਣੇ ਮਾਤਾ ਪਿਤਾ ਦੇ ਕੋਲ ਆਇਆ ਹੋਇਆ ਸੀ। ਤਾਂ ਕਰਨਾਲ ਤੋਂ ਇਹ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਛੁੱਟੀਆਂ ਹੋਈਆਂ ਨੇ, ਬੱਚੇ ਜੋ ਨੇ ਇੱਕ ਥਾਂ ਤੋਂ ਦੂਸਰੀ ਥਾਂ ਘੁੰਮਣ ਦੇ ਲਈ ਜਾ ਰਹੇ ਨੇ। ਕੋਈ ਆਪਣੀ ਰਿਸ਼ਤੇਦਾਰੀ ਦੇ ਵਿੱਚ ਜਾਂਦਾ ਅਤੇ ਕੋਈ ਨਾਨੀ ਦੇ ਘਰ ਜਾਂਦਾ, ਕੋਈ ਮਾਮੇ ਦੇ ਘਰ ਜਾਂਦਾ, ਪਰ ਇਹ ਵੀ ਬੱਚਾ ਆਪਣੇ ਮਾਮੇ ਦੇ ਘਰ ਰਹਿੰਦਾ ਸੀ ਅਤੇ ਇਹ ਆਪਣੇ ਮਾਤਾ ਪਿਤਾ ਦੇ ਕੋਲ ਛੁੱਟੀਆਂ ਬਿਤਾਉਣ ਦੇ ਲਈ ਕਿਹਾ ਜਾ ਰਿਹਾ ਕਿ ਆਇਆ ਹੋਇਆ ਸੀ। ਪਰ ਜਿਵੇਂ ਹੀ ਇਹ ਬਾਹਰ ਸਾਈਕਲ ਚਲਾ ਰਿਹਾ ਸੀ ਬਾਕੀ ਬੱਚਿਆਂ ਦੇ ਨਾਲ, ਉਵੇਂ ਇਸ ਦੇ ਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਅਤੇ ਬੱਚਾ ਜਦੋਂ ਜ਼ਮੀਨ 'ਤੇ ਗਿਰਦਾ ਤਾਂ ਇਸ ਦੇ ਉੱਪਰ ਹੀ ਸਾਈਕਲ ਦਾ ਹੈਂਡਲ ਆ ਕੇ ਖੁੱਭ ਜਾਂਦਾ, ਜਿਸ ਦੇ ਕਾਰਨ ਇਸ ਬੱਚੇ ਦੇ ਪੇਟ 'ਚੋਂ ਖੂਨ ਨਿਕਲਣ ਲੱਗਦਾ। ਖੂਨ ਨਿਕਲਦੇ ਸਾਰ ਹੀ ਇਸ ਨੂੰ ਇਲਾਜ ਦੇ ਲਈ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਇਹ ਦਮ ਤੋੜ ਦਿੰਦਾ। ਸਾਈਕਲ ਤੋਂ ਡਿੱਗਣ ਕਾਰਨ ਇੱਕ ਮਾਸੂਮ ਬੱਚੇ ਦੀ ਜਾਨ ਚਲੀ ਗਈ ਹੈ। 14 ਸਾਲ ਦੇ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋਈ ਹੈ। ਤਾਂ ਦੱਸ ਦਈਏ ਕਿ ਬਾਕੀ ਬੱਚਿਆਂ ਦੇ ਨਾਲ ਇਹ ਵੀ ਬੱਚਾ ਆਪਣੇ ਘਰ ਦੇ ਬਾਹਰ ਸਾਈਕਲ ਚਲਾ ਰਿਹਾ ਸੀ, ਪਰ ਅਚਾਨਕ ਹੀ ਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਅਤੇ ਇਹ ਜ਼ਮੀਨ ਤੇ ਡਿੱਗ ਜਾਂਦਾ। ਹਾਲਾਂਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਹ ਬੱਚਾ ਜਦੋਂ ਜ਼ਮੀਨ ਦੇ ਉੱਤੇ ਡਿੱਗਦਾ ਹੈ ਤਾਂ ਸਾਈਕਲ ਦਾ ਹੈਂਡਲ ਇਸਦੇ ਆ ਕੇ ਸਿੱਧਾ ਢਿੱਡ ਦੇ ਵਿੱਚ ਵੱਜਦਾ ਅਤੇ ਕਾਫੀ ਜ਼ਿਆਦਾ ਖੂਨ ਨਿਕਲਣ ਦੇ ਕਾਰਨ ਇਸ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ 14 ਸਾਲ ਦੇ ਮਾਸੂਮ ਬੱਚੇ ਦੀ ਸਾਈਕਲ ਚਲਾਉਂਦੇ ਵਕਤ ਜਾਨ ਚਲੀ ਗਈ ਹੈ। ਸਾਈਕਲ ਤੋਂ ਡਿੱਗਣ ਦੇ ਬਾਅਦ ਕਿਹਾ ਜਾ ਰਿਹਾ ਕਿ ਇਹਦੇ ਪੇਟ ਦੇ ਵਿੱਚ ਸਾਈਕਲ ਦਾ ਹੈਂਡਲ ਵੱਜਦਾ ਅਤੇ ਹੈਂਡਲ ਵੱਜਦੇ ਸਮੇਂ ਹੀ ਕਿਹਾ ਜਾ ਰਿਹਾ ਕਿ ਖੂਨ ਨਿਕਲਣ ਲੱਗਦਾ ਅਤੇ ਜਦੋਂ ਉਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੁੰਦਾ ਤਾਂ ਰਾਹ ਦੇ ਵਿੱਚ ਹੀ ਉਹ ਦਮ ਤੋੜ ਦਿੰਦਾ। ਤਾਂ ਦੱਸ ਦਈਏ ਕਿ ਬੱਚਾ ਕਈ ਸਾਲ ਤੋਂ ਆਪਣੇ ਮਾਮੇ ਦੇ ਘਰ ਰਹਿੰਦਾ ਸੀ ਅਤੇ ਹਾਦਸੇ ਵੇਲੇ ਉਹ ਆਪਣੇ ਮਾਤਾ ਪਿਤਾ ਦੇ ਕੋਲ ਆਇਆ ਹੋਇਆ ਸੀ। ਤਾਂ ਕਰਨਾਲ ਤੋਂ ਇਹ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਛੁੱਟੀਆਂ ਹੋਈਆਂ ਨੇ, ਬੱਚੇ ਜੋ ਨੇ ਇੱਕ ਥਾਂ ਤੋਂ ਦੂਸਰੀ ਥਾਂ ਘੁੰਮਣ ਦੇ ਲਈ ਜਾ ਰਹੇ ਨੇ। ਕੋਈ ਆਪਣੀ ਰਿਸ਼ਤੇਦਾਰੀ ਦੇ ਵਿੱਚ ਜਾਂਦਾ ਅਤੇ ਕੋਈ ਨਾਨੀ ਦੇ ਘਰ ਜਾਂਦਾ, ਕੋਈ ਮਾਮੇ ਦੇ ਘਰ ਜਾਂਦਾ, ਪਰ ਇਹ ਵੀ ਬੱਚਾ ਆਪਣੇ ਮਾਮੇ ਦੇ ਘਰ ਰਹਿੰਦਾ ਸੀ ਅਤੇ ਇਹ ਆਪਣੇ ਮਾਤਾ ਪਿਤਾ ਦੇ ਕੋਲ ਛੁੱਟੀਆਂ ਬਿਤਾਉਣ ਦੇ ਲਈ ਕਿਹਾ ਜਾ ਰਿਹਾ ਕਿ ਆਇਆ ਹੋਇਆ ਸੀ। ਪਰ ਜਿਵੇਂ ਹੀ ਇਹ ਬਾਹਰ ਸਾਈਕਲ ਚਲਾ ਰਿਹਾ ਸੀ ਬਾਕੀ ਬੱਚਿਆਂ ਦੇ ਨਾਲ, ਉਵੇਂ ਇਸ ਦੇ ਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਅਤੇ ਬੱਚਾ ਜਦੋਂ ਜ਼ਮੀਨ 'ਤੇ ਗਿਰਦਾ ਤਾਂ ਇਸ ਦੇ ਉੱਪਰ ਹੀ ਸਾਈਕਲ ਦਾ ਹੈਂਡਲ ਆ ਕੇ ਖੁੱਭ ਜਾਂਦਾ, ਜਿਸ ਦੇ ਕਾਰਨ ਇਸ ਬੱਚੇ ਦੇ ਪੇਟ 'ਚੋਂ ਖੂਨ ਨਿਕਲਣ ਲੱਗਦਾ। ਖੂਨ ਨਿਕਲਦੇ ਸਾਰ ਹੀ ਇਸ ਨੂੰ ਇਲਾਜ ਦੇ ਲਈ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਇਹ ਦਮ ਤੋੜ ਦਿੰਦਾ।